ਅਸਲਾਮੁਆਲੇਕਮ ਜੀ ਮੈਂ ਤੁਹਾਡਾ ਪਾਈਸਾ ਵਰਸ਼ਾ ਤੁਸੀਂ ਦੇਖ ਰਹੇ ਹੋ ਕਾਜ਼ਮੀ ਬਸ ਟਰੈਕਟਰ ਚੈਨਲ ਉਮੀਦ ਕਰਨਾ ਸਾਰੇ ਭਰਾਖਰੀਤ ਨ ਹੋਣਗੇ ਤੇ ਭਰਾਵਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਫਾਲੋ ਕਰਦੇ ਹੋ ਬਹੁਤ ਬਹੁਤ ਸ਼ੁਕਰੀਆ ਸਾਰੇ ਭਰਾਵਾਂ ਦਾ ਤੇ ਭਰਾਵਾਂ ਵਾਸਤੇ ਲੈ ਕੇ ਆਇਆ ਜੀ ਟਰੈਕਟਰ ਫੋਰ ਸੇਲ ਐ ਮੈਸੀ 240 ਮਾਡਲ 2023 ਕੰਡੀਸ਼ਨ ਟਰੈਕਟਰ ਦੇ ਮੁਕੰਮਲ ਤੁਹਾਡੇ ਸਾਹਮਣੇ ਹੈ ਮੁਕੰਮਲ ਤੁਹਾਨੂੰ ਟਰੈਕਟਰ ਚੈੱਕ ਕਰਾ ਦੇਵਾਂਗੇ ਤੇ ਬਾਕੀ ਟਰੈਕਟਰ ਦੀ ਤੁਸੀਂ ਟਾਇਰ ਦੇਖ ਸਕਦੇ ਹੋ ਰੰਗ ਰੂਪ ਟਰੈਕਟਰ ਦਾ ਦੇਖ ਸਕਦੇ ਹੋ ਮੁਕੰਮਲ ਹਾਰਸ਼ਾ ਟਰੈਕਟਰ ਦੀ ਜੈਨੂਨ ਕੋਈ ਦੁਬਾਰਾ ਟਚਿੰਗ ਨਹੀਂ ਹੋਈ ਕਿਸੇ ਚੀਜ਼ ਨੂੰ ਕੋਈ ਕੋਈ ਖੋਲ ਪਟ ਨਹੀਂ ਹੈ ਹਾਰਸ਼ਾ ਟਰੈਕਟਰ ਦੀ ਆਪਣੀ ਜੈਨੂਨ ਹੈ ਕੰਡੀਸ਼ਨ ਵਾਈਜ਼ ਤੁਹਾਨੂੰ ਸਾਰਾ ਮੁਕੰਮਲ ਟਰੈਕਟਰ ਚੈੱਕ ਕਰਾ ਦੇਵਾਂਗੇ ਪੇਟੀ ਦਾ ਦੇਖ ਸਕਦੇ ਹੋ ਟਾਇਰ ਤੁਸੀਂ ਦੇਖ ਸਕਦੇ ਹੋ ਰਿਮਾਂ ਦਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਇੰਜਨ ਟਰੈਕਟਰ ਦਾ ਪੂਰਾ ਟੈਡ ਹੋਵੇਗਾ ਕਿਸੇ ਕਿਸਮ ਦਾ ਕੋਈ ਨੁਕਸ ਨਹੀਂ ਹੋਵੇਗਾ ਪੇਟੀ ਟਰੈਕਟਰ ਤੁਸੀਂ ਮੁਕੰਮਲ ਦੇਖ ਸਕਦੇ ਹੋ ਸੋਹਣਾ ਰੰਗ ਜੈਨੂਨ ਆਪਣਾ ਰੰਗ ਹੈ ਕੋਈ ਕਿਸੇ ਕਿਸਮ ਦਾ ਰੀ ਪੇਂਟ ਨਹੀਂ ਹੈ ਦੁਬਾਰਾ ਕੋ ਚੇਂਜਿੰਗ ਨਹੀਂ ਹੈ ਦੂਸਰੀ ਸਾਈਡ ਤੋਂ ਵੀ ਟਾਇਰ ਰਿਮ ਦੇਖ ਸਕਦੇ ਹੋ ਮਾਡੀ ਕਾਡਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਹਰ ਸ਼ੈ ਮਕਮਲ ਤੁਹਾਡੇ ਸਾਹਮਣੇ ਪੇਟੀ ਦਾ ਰੰਗ ਦੇਖ ਸਕਦੇ ਹੋ ਗੇ ਰੋਜ਼ਨ ਆਂਡੇ ਦਾ ਰੰਗ ਵੀ ਦੇਖ ਸਕਦੇ ਹੋ ਮਕਮਲ ਸਾਰੇ ਟਰੈਕਟਰ ਦਾ ਰੰਗ ਆਪਣਾ ਜੈਨੂਨ ਹੈ ਸਾਰਾ ਟਰੈਕਟਰ ਸਾਫ਼ ਸੁਥਰਾ ਹੈ ਬਿਲਕੁਲ ਜਨਰੇਟਰ ਵਗੈਰਾ ਵੀ ਦੇਖ ਸਕਦੇ ਹੋ ਲਿਫਟੀ ਪੰਪ ਹਰ ਸ਼ੈ ਮਕਮਲ ਇੱਕ ਇੱਕ ਚੀਜ਼ ਟਰੈਕਟਰ ਦੀ ਆਪਣੀ ਜਨਵਨ ਲੱਗੀ ਇਹ ਸਲਫ ਦਾ ਰੰਗ ਦੇਖ ਸਕਦੇ ਹੋ ਤੁਸੀਂ ਬਲਾਕ ਚੈਂਬਰ ਦਾ ਰੰਗ ਬ੍ਰੇਕਾਂ ਪੈਡਲ ਪਾਏਦਾਨ ਹਰ ਸ਼ਾ ਸੋਹਣੀ ਟਰੈਕਟਰ ਦੀ ਸਾਫ ਸੁਥਰੀ ਇਹ 2023 ਮਾਡਲ ਤੁਹਾਨੂੰ ਦੱਸਿਆ ਜੀ ਟਰੈਕਟਰ ਮਾਡਲ ਵਾਈਜ਼ ਨਿਆ ਟਰੈਕਟਰ ਹੈ ਬਿਲਕੁਲ ਤੇ ਬਾਕੀ ਜਿਹੜੀ ਇਹਦੀ ਡਿਮਾਂਡ ਹੈ ਉਹ ਵੀ ਤੁਹਾਨੂੰ ਦੱਸਾਂਗੇ ਕੰਡੀਸ਼ਨ ਟਰੈਕਟਰ ਦੀ ਬਹੁਤ ਅੱਛੀ ਹੈ ਅਗਲੇ ਰਿਮ ਟਾਇਰ ਵੀ ਦੇਖ ਸਕਦੇ ਹੋ ਸ਼ੋਰ ਟਰੈਕਟਰ ਤੇ ਦੂਸਰੀ ਸਾਈਡ ਤੋਂ ਮੁਕੰਮਲ ਸੀ ਦੇਖ ਸਕਦੇ ਹੋ ਹਰ ਸ਼ਾ ਪਰਫੈਕਟ ਕੰਡੀਸ਼ਨ ਵਿੱਚ ਹੈ ਕੋਈ ਕਿਸੇ ਕਿਸਮ ਦਾ ਮਤਲਬ ਹੈ ਮਸਲਾ ਮਸਾਇਲ ਟਰੈਕਟਰ ਨੂੰ ਨਹੀਂ ਹੈ ਤੇ ਬਾਕੀ ਹੈ ਤੁਹਾਨੂੰ ਫਰੰਟ ਤੋਂ ਵੀ ਦਿਖਾ ਸਕਦੇ ਨੇ ਫਰੰਟ ਦੀ ਲੁੱਕ ਜੇ ਟਰੈਕਟਰ ਦੀ ਫਰੰਟ ਦੇ ਟਾਇਰ ਦੇਖ ਸਕਦੇ ਹੋ ਜਾਲੀ ਫਰੰਟ ਦੇ ਤੁਸੀਂ ਦੇਖ ਸਕਦੇ ਹੋ ਜੀ ਸਾਫ ਸੁਥਰੀ ਤੇ ਸੋਹਣੀ ਹੈ ਲਾਈਟਾਂ ਵਗੈਰਾ ਹਰ ਸ਼ੈ ਮੁਕੰਮਲ ਨਿੱਕਲ ਵਗੈਰਾ ਸਾਰੇ ਮੁਕੰਮਲ ਫਿੱਟ ਹੈ ਦੋਵੇਂ ਟਾਇਰ ਤੁਸੀਂ ਫਰੰਟ ਦੇ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰੇ ਤੇ ਅੱਛੀ ਕੰਡੀਸ਼ਨ ਵਿੱਚ ਨੇ ਸ਼ੋ ਸੀ ਮੁਕੰਮਲ ਦੇਖ ਸਕਦੇ ਹੋ ਬਿਲਕੁਲ ਸਿੱਧਾ ਪਧਰਾ ਤੇ ਸੋਹਣਾ ਟਰੈਕਟਰ ਹੈ 240 2023 ਮਾਡਲ ਜੇ ਲੋਕੇਸ਼ਨ ਟਰੈਕਟਰ ਦੀ ਮੁਲਤਾਨ ਹੈ ਨੰਬਰ ਸੇ ਤੁਹਾਨੂੰ ਸਕਰੀਨ ਤੇ ਸ਼ੋਅ ਕਰ ਦੇਵਾਂਗੇ ਤੁਸੀਂ ਮਾਲਕਾਂ ਨਾਲ ਡਾਇਰੈਕਟ ਰਾਬਤਾ ਕਰ ਸਕਦੇ ਹੋ ਬਾਕੀ ਭਰਾਵਾਂ ਨੂੰ ਰਿਕੁਐਸਟ ਹੁੰਦੀ ਹੈ ਕਿ ਮੌਕੇ ਤੇ ਜਾ ਕੇ ਚੀਜ਼ ਚੈੱਕ ਕਰਿਆ ਕਰੋ ਤਸੱਲੀ ਹੋਵੇ ਤੇ ਬਹਿ ਕੇ ਮਾਲਕਾਂ ਨਾਲ ਸੌਦਾ ਕਰੋ ਕੋਈ ਕਮਿਸ਼ਨ ਏਜੰਟ ਨਹੀਂ ਹੋਣ ਲਾ ਬਾਕੀ ਟਰੈਕਟਰ ਅਸੀਂ ਤੁਹਾਨੂੰ ਮੁਕੰਮਲ ਚੈੱਕ ਕਰਾ ਸੜਿਆ ਤੇ ਡਿਮਾਂਡ ਟਰੈਕਟਰ ਦੀ ਜਿਹੜੀ ਹੈ ਉਹ 18 ਲੱਖ ਰੁਪਈਆ ਹੈ ਮੌਕੇ ਤੇ ਕਮੀ ਪੇਸ਼ੀ ਹੋ ਜਾਏਗੀ ਨੰਬਰ ਅਸੀਂ ਤੁਹਾਨੂੰ ਅਗੇ ਦੱਸਿਆ ਬੀ ਸਕ੍ਰੀਨ ਤੇ ਸ਼ੋ ਕਰ ਦੇਵਾਂਗੇ ਤੁਸੀਂ ਮਾਲਕਾਂ ਨਾਲ ਡਾਇਰੈਕਟਰ ਰਪਤਾ ਕਰ ਸਕਦੇ ਹੋ ਬਾਕੀ ਸਾਡੀ ਵੀਡੀਓ ਪਸੰਦ ਆਈ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਦਵਾਵਾਂ ਯਾਦ ਰੱਖਿਓ ਅੱਲਾ ਹਾਫਿਜ਼